ਤੁਹਾਡਾ ਇਲੈਕਟ੍ਰੀਕਲ ਮਾਈਂਡ ਮੇਕਰ YouTube ਚੈਨਲ ਤੇ ਸਵਾਗਤ ਹੈ। ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈ ਫਾਈਂਡ ਆਊਟ ਦਾ ਟਰਮੀਨਲ ਆਫ DC ਮਸ਼ੀਨ, ਚਾਹੇ ਉਹ DC ਜਨਰੇਟਰ ਹੈ ਜਾਂ DC ਮੋਟਰ ਹੈ। ਅਸੀਂ ਉਸਦੇ ਟਰਮੀਨਲ ਦੀ ਪਹਿਚਾਣ ਕਰਨੀ ਹੈ ਕਿ ਇਹਨਾਂ ਟਰਮੀਨਲ ਦੇ ਵਿੱਚੋਂ ਕਿਹੜੇ ਟਰਮੀਨਲ ਆਰਮੇਚਰ ਦੇ ਆ, ਸ਼ੰਟ ਵਾਈਂਡਿੰਗ ਦੇ ਆ ਜਾਂ ਸੀਰੀਜ਼ ਵਾਈਂਡਿੰਗ ਦੇ ਆ। ਸੋ ਅੱਜ ਦੇ ਪ੍ਰੈਕਟੀਕਲ ਦੇ ਵਿੱਚ ਅਸੀਂ ਜਾਣਾਂਗੇ ਫਾਈਂਡ ਆਊਟ ਦਾ ਟਰਮੀਨਲ ਆਫ DC ਮਸ਼ੀਨ, ਯਾਨੀ ਕਿ DC ਮਸ਼ੀਨ ਦੇ ਟਰਮੀਨਲਾਂ ਦੀ ਪਹਿਚਾਣ ਕਰਨਾ। ਸੋ ਸਾਡੇ ਕੋਲ ਜਿਹੜੀਆਂ ਮੋਟਰ ਹੈਗੀਆਂ ਨੇ ਅਲੱਗ ਅਲੱਗ ਟਾਈਪ ਦੀਆਂ DC ਦੀਆਂ, ਉਹਨਾਂ ਦੇ ਵਿੱਚ DC ਸੀਰੀਜ਼ ਮੋਟਰ ਹੈ, ਜਿਵੇਂ ਇੱਥੇ ਪਲੇਟ ਦੇ ਉੱਪਰ ਨਜ਼ਰ ਆ ਰਿਹਾ ਕਿ ਆਰਮੇਚਰ ਔਰ ਸੀਰੀਜ਼ ਲਿਖਿਆ, SE1 ਔਰ SE2, ਇਹ ਸੀਰੀਜ਼ ਮੋਟਰ ਹੈ। ਇਸੇ ਤਰ੍ਹਾਂ ਇਸ ਦੇ ਵਿੱਚ ਨੈਕਸਟ ਮੋਟਰ ਹੈਗੀ ਹੈ ਸ਼ੰਟ ਮੋਟਰ ਹੈ, ਜਿਸ ਦੇ ਵਿੱਚ ਆਰਮੇਚਰ ਔਰ ਫੀਲਡ ਵਾਈਂਡਿੰਗ ਹੈ, Z ਔਰ ਡਬਲ Z ਜਾਂ F ਔਰ ਡਬਲ F ਜਾਂ SH1 SH2 ਵੀ ਲਿਖਿਆ ਹੋ ਸਕਦਾ। ਇਹ ਜਿਹੜੇ ਹੈਗੇ ਆ ਉਹ ਸ਼ੰਟ ਜਨਰੇਟਰ ਜਾਂ ਸ਼ੰਟ ਮੋਟਰ ਦੀ ਪਹਿਚਾਣ। ਇਸੇ ਤਰ੍ਹਾਂ ਕੰਪਾਊਂਡ ਮੋਟਰ, ਇਹ ਕੰਪਾਊਂਡ ਮੋਟਰ ਹੈਗੀ ਆ, ਇਸ ਦੇ ਵਿੱਚ ਦੋ ਟਰਮੀਨਲ ਆ ਗਏ ਆਰਮੇਚਰ ਦੇ ਔਰ ਦੋ ਸ਼ੰਟ ਵਾਈਂਡਿੰਗ ਔਰ ਦੋ ਸੀਰੀਜ਼ ਦੇ। ਸੋ ਇਹਨਾਂ ਨੂੰ ਅਸੀਂ ਪਹਿਚਾਨਣਾ ਹੈਗਾ। ਕਈ ਵਾਰ ਪਲੇਟ ਚੇਂਜ ਹੋ ਜਾਂਦੀ ਹੈ, ਜਿਹੜੀ ਇਹ ਟਰਮੀਨਲ ਪਲੇਟ ਹੈ ਜਾਂ ਜਿਹੜੀਆਂ ਵਾਇਰ ਹੈਗੀਆਂ ਉਹ ਇੱਕ ਜਗ੍ਹਾ ਜਿਹੜੇ ਟਰਮੀਨਲ ਚੇਂਜ ਹੋ ਜਾਂਦੇ ਆ, ਕਈ ਵਾਰ ਵਾਇਰ ਦੂਸਰੀ ਜਗ੍ਹਾ ਲੱਗ ਜਾਂਦੀਆਂ। ਸੋ ਸਾਨੂੰ ਇਹਨਾਂ ਮਸ਼ੀਨ ਨੂੰ ਚਲਾਉਣ ਤੋਂ ਪਹਿਲਾਂ ਟਰਮੀਨਲ ਦੀ ਪਹਿਚਾਣ ਕਰ ਲੈਣੀ ਚਾਹੀਦੀ ਹੈ ਕਿ ਇਹਨਾਂ ਦੇ ਵਿੱਚੋਂ ਆਰਮੇਚਰ, ਫੀਲਡ ਵਾਈਂਡਿੰਗ ਜਾਂ ਸੀਰੀਜ਼ ਵਾਈਂਡਿੰਗ ਦੇ ਕਿਹੜੇ ਟਰਮੀਨਲ ਹੈ। ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਹ ਜਾਣਾਂਗੇ ਕਿ ਟਰਮੀਨਲ ਦੀ ਪਹਿਚਾਣ ਕਿਸ ਤਰ੍ਹਾਂ ਕਰਨੀ ਹੈ। ਸੋ ਅਸੀਂ ਟਰਮੀਨਲ ਫਾਈਂਡ ਆਊਟ ਕਰਨ ਤੋਂ ਪਹਿਲਾਂ ਜਾਣ ਲਈਏ ਕਿ ਇਹਨਾਂ DC ਮਸ਼ੀਨ ਦੇ ਅੰਦਰ ਜਿਹੜੀ ਵਾਈਂਡਿੰਗ ਹੈ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ ਔਰ ਕਿਸ ਜਗ੍ਹਾ ਦੇ ਉੱਪਰ ਹੁੰਦੀ ਹੈ। ਜਿਹੜੀ ਟਰਮੀਨਲ ਪਲੇਟ ਦੇ ਉੱਪਰ ਅਸੀਂ ਆਰਮੇਚਰ ਦੇ ਟਰਮੀਨਲ ਜਾਂ ਸੀਰੀਜ਼ ਵਾਈਂਡਿੰਗ ਦੇ, ਸ਼ੰਟ ਵਾਈਂਡਿੰਗ ਦੇ ਜਾਂ ਕੰਪਾਊਂਡ ਮਸ਼ੀਨ ਦੇ ਵਿੱਚ ਦੋਨੋਂ ਵਾਈਂਡਿੰਗ ਆ ਜਾਂਦੀਆਂ, ਸ਼ੰਟ ਔਰ ਸੀਰੀਜ਼, ਔਰ ਆਰਮੇਚਰ ਹਰ ਇੱਕ ਮਸ਼ੀਨ ਦੇ ਵਿੱਚ ਹੋਏਗਾ ਕਿਉਂਕਿ ਇਹ ਰੋਟੇਟਿੰਗ ਪਾਰਟ ਹੈਗਾ। ਸੋ ਅਸੀਂ ਪਹਿਲਾਂ ਜਾਣ ਲਈਏ ਕਿ ਇਹ ਕਿਸ ਸਥਾਨ ਤੇ ਹੁੰਦਾ ਮਸ਼ੀਨ ਦੇ ਵਿੱਚ। ਵੈਸੇ ਪਾਰਟਸ ਆਫ DC ਮਸ਼ੀਨ ਦੇ ਵਿੱਚ ਇਹ ਦੱਸਿਆ ਸੀ, ਖੋਲ ਕੇ ਦਿਖਾਏ ਸੀ ਅਲੱਗ ਅਲੱਗ ਪਾਰਟਸ। ਤਾਂ ਇਸ ਦੇ ਵਿੱਚ ਜਿਹੜੇ ਹੈਗੇ ਆ ਪੋਲ ਸ਼ੂ ਆ ਗਏ, ਜਿਨ੍ਹਾਂ ਦੇ ਉੱਪਰ ਫੀਲਡ ਕੋਇਲ ਆਉਂਦੇ ਆ, ਫੀਲਡ ਵਾਈਂਡਿੰਗ ਆ ਗਈ, ਔਰ ਇਸ ਦੇ ਵਿੱਚ ਆ ਗਿਆ ਆਰਮੇਚਰ। ਇਸ ਦੇ ਉੱਪਰ ਜਿਹੜਾ ਕਮੂਟੇਟਰ ਹੈ ਉਸ ਤੇ ਕਾਰਬਨ ਬ੍ਰਸ਼ ਹੈ। ਔਰ ਇਹ ਸਾਡੇ ਕੋਲ ਜਿਹੜਾ ਸਾਡੇ ਕੋਲ ਇੱਕ ਮਸ਼ੀਨ ਹੈ, ਜੇ ਆਪਾਂ ਇਹਨੂੰ ਇਸ ਤਰ੍ਹਾਂ ਦਾ ਇੱਕ ਰੂਪ ਦੇ ਦਈਏ, ਇਸ ਦੇ ਵਿੱਚ ਜਿਹੜੇ ਆਰਮੇਚਰ ਦੇ ਕਮੂਟੇਟਰ ਤੋਂ ਪੁਆਇੰਟ ਲਏ ਗਏ ਆ, ਜਿਹੜੀ ਇੱਥੋਂ ਲੀਡ ਆਉਣਗੀਆਂ, ਇਹੀ ਸਾਡੇ ਜਿਹੜੀ ਪਲੇਟ ਨਜ਼ਰ ਆ ਰਹੀ ਆ DC ਸ਼ੰਟ ਦੀ, ਜਿਹੜਾ ਸ਼ੰਟ ਹੈਗਾ, ਸ਼ੰਟ ਮੋਟਰ ਜਾਂ ਜਿਹੜਾ ਜਨਰੇਟਰ ਹੈਗਾ, ਉਸ ਦੇ ਵਿੱਚ ਚਾਰ ਟਰਮੀਨਲ ਨੇ, ਆਰਮੇਚਰ ਦੇ ਦੋ, ਦੋ ਸ਼ੰਟ ਵਾਈਂਡਿੰਗ ਦੇ, ਜਿੱਥੇ ਕਿ ਏ ਔਰ AA ਲਿਖਿਆ ਸੀਗਾ। ਤਾਂ ਇਸ ਜਗ੍ਹਾ ਦੇ ਉੱਪਰ ਜਿਹੜੇ ਕਮੂਟੇਟਰ ਦੇ ਉੱਪਰ ਕਾਰਬਨ ਬ੍ਰਸ਼ ਲੱਗੀ ਆ, ਇੱਥੋਂ ਜਿਹੜੀ ਵਾਇਰ ਹੈਗੀ ਆ ਉਹ ਆਰਮੇਚਰ ਤੇ ਜਾਏਗੀ, ਇਸੇ ਤਰ੍ਹਾਂ ਇਹ AA ਦੇ ਉੱਪਰ। ਸੋ ਆਰਮੇਚਰ ਦੇ ਟਰਮੀਨਲ ਆ ਗਏ ਵਾਲੇ। ਉਸ ਤੋਂ ਬਾਅਦ ਜਿਹੜੀ ਫੀਲਡ ਵਾਈਂਡਿੰਗ ਹੈ, ਜੇ ਤਾਂ ਉਹ ਸ਼ੰਟ ਜਨਰੇਟਰ ਹੈ, ਸ਼ੰਟ ਜਨਰੇਟਰ ਜਾਂ ਮੋਟਰ ਹੈਗੀ ਹੈ, ਤਾਂ ਉਸਦੇ ਵਿੱਚ ਬਰੀਕ ਤਾਰ ਔਰ ਜ਼ਿਆਦਾ ਟਰਨ ਦੀ ਹੋਏਗੀ ਕਿਉਂਕਿ ਇਸ ਵਾਈਂਡਿੰਗ ਨੇ ਆਰਮੇਚਰ ਦੇ ਪੈਰਲਲ ਵਿੱਚ ਕਨੈਕਟ ਹੋਣਾ ਅਤੇ ਉੱਥੇ ਜਿਹੜੀ ਰਜਿਸਟੈਂਸ ਆ ਹਾਈ ਰੱਖੀ ਜਾਂਦੀ ਹੈ, ਤਾਂ ਇਸ ਕਰਕੇ ਤਾਰ ਦਾ ਜਿਹੜਾ ਸਾਈਜ਼ ਹੈ ਡਾਇਆ ਉਹ ਬਰੀਕ ਔਰ ਨੰਬਰ ਆਫ ਟਰਨ ਜ਼ਿਆਦਾ ਰੱਖੇ ਜਾਂਦੇ ਆ। ਸੋ ਇੱਥੇ ਦੋ ਕੋਇਲ ਆ ਦੋਨੋਂ ਸਾਈਡ ਹੈਗੀ ਆ, ਤਾਂ ਜਿਹੜਾ ਕ੍ਰੋਸ ਦੇ ਵਿੱਚ ਕਨੈਕਸ਼ਨ ਕੀਤੇ ਜਾਂਦੇ ਆ, ਜਿਹੜੇ ਇੱਥੋਂ ਆਹਮੋ ਸਾਹਮਣੇ ਜਿਹੜੀ ਵਾਇਰ ਨੂੰ ਅੰਦਰੋਂ ਜੋੜਿਆ ਜਾਂਦਾ, ਤਾਂ ਇਸ ਦਾ ਇੱਕ ਸਿਰਾ ਸਾਡੇ ਕੋਲ ਮਿਲ ਗਿਆ ਔਰ ਦੂਸਰਾ ਜਿਹੜਾ ਹੈਗਾ ਸਿਰਾ ਇਸ ਕੋਇਲ ਦਾ ਮਿਲ ਗਿਆ। ਸੋ ਇੱਥੇ ਦੋ ਵਾਇਰ ਆ ਗਈਆਂ,
ਉਹ ਕਨੈਕਟ ਹੁੰਦੀਆਂ ਨੇ ਇੱਥੋਂ ਜਿਹੜੀਆਂ ਫੀਲਡ ਦੇ ਉੱਪਰ, ਫੀਲਡ ਦੇ ਵਿੱਚ ਆਉਂਦੀਆਂ ਨੇ, ਜਿੱਥੇ ਕਿ ਜੈੱਡ ਔਰ ਡਬਲ ਜੈੱਡ ਲਿਖਿਆ ਸੀਗਾ, ਡਬਲ ਜੈੱਡ। ਕਈ ਜਗ੍ਹਾ ਦੇ ਉੱਪਰ ਮਸ਼ੀਨ ਦੇ ਉੱਪਰ ਐੱਫ ਡਬਲ ਐੱਫ ਜਾਂ SH1 SH2 ਵੀ ਲਿਖਿਆ ਹੁੰਦਾ। ਸੋ ਇਸ ਤਰ੍ਹਾਂ ਇੱਕ ਸ਼ੰਟ ਮੋਟਰ ਜਾਂ ਜਨਰੇਟਰ ਦੇ ਟਰਮੀਨਲ ਆਉਂਦੇ ਆ, ਇੱਥੇ ਬਿਲਕੁਲ ਸੈਪਰੇਟ ਆ। ਜਿਹੜੀ ਸ਼ੰਟ ਵਾਇੰਡਿੰਗ ਹੈ ਉਹ ਅਲੱਗ ਹੈਗੀ ਆ, ਆਰਮੇਚਰ ਦੀ ਅਲੱਗ ਹੈ। ਇਸੇ ਕਰਕੇ ਜਦੋਂ ਅਸੀਂ ਪਲੇਟ ਦੇ ਉੱਪਰ ਫਾਇੰਡ ਆਊਟ ਕਰਾਂਗੇ ਤਾਂ ਇੱਕ ਪੇਅਰ ਆਰਮੇਚਰ ਦਾ ਹੋਏਗਾ ਔਰ ਦੂਸਰਾ ਪੇਅਰ ਸ਼ੰਟ ਵਾਇੰਡਿੰਗ ਦਾ ਹੋਏਗਾ। ਇਸੇ ਤਰ੍ਹਾਂ ਜੇ ਉਹ ਸੀਰੀਜ਼ ਜਨਰੇਟਰ ਜਾਂ ਸੀਰੀਜ਼ ਜਿਹੜੀ ਮੋਟਰ ਹੈਗੀ ਆ, ਉੱਥੇ ਜਿਹੜਾ ਟਰਮੀਨਲ ਪਲੇਟ ਆ ਉੱਥੇ ਵੀ ਸਾਡੇ ਕੋਲ 4 ਟਰਮੀਨਲ ਹੋਣਗੇ, 2 ਆਰਮੇਚਰ ਦੇ ਔਰ ਜਿਹੜੇ 2 ਹੈਗੇ ਆ ਉਹ ਸੀਰੀਜ਼ ਦੇ ਹੈਗੇ ਆ। ਤਾਂ ਉਹਨਾਂ ਦੇ ਉੱਪਰ ਵੀ SE1 ਔਰ SE2 ਲਿਖਿਆ ਹੁੰਦਾ ਸੀਰੀਜ਼ ਮੋਟਰ ਜਾਂ ਜਨਰੇਟਰ ਦੇ ਉੱਪਰ। ਫਰਕ ਕੀ ਹੈਗਾ ਕਿ ਕੰਸਟਰਕਸ਼ਨ ਇਸੇ ਤਰ੍ਹਾਂ ਹੈਗੀ ਹੈ ਮਸ਼ੀਨ ਦੀ, ਲੇਕਿਨ ਜਿਹੜੀ ਵਾਇੰਡਿੰਗ ਹੈ ਉਹ ਫੀਲਡ ਵਾਇੰਡਿੰਗ ਹੈ, ਉਸਦੀ ਰਜਿਸਟੈਂਸ ਘੱਟ ਰੱਖੀ ਜਾਂਦੀ ਹੈ ਕਿਉਂਕਿ ਉਸਨੇ ਆਰਮੇਚਰ ਦੇ ਸੀਰੀਜ਼ ਵਿੱਚ ਕਨੈਕਟ ਹੋਣਾ। ਇੱਥੇ 2 ਟਰਮੀਨਲ ਬਾਹਰ ਅਸੀਂ ਲੈ ਲਾਂਗੇ, ਇੱਕ ਆਰਮੇਚਰ ਦਾ ਔਰ ਇੱਕ ਸੀਰੀਜ਼ ਦਾ। ਤਾਂ ਸੀਰੀਜ਼ ਵਾਇੰਡਿੰਗ ਆਰਮੇਚਰ ਦੇ ਸੀਰੀਜ਼ ਕਨੈਕਟ ਹੁੰਦੀ ਹੈ, ਇਸੇ ਕਰਕੇ ਅਸੀਂ ਸੀਰੀਜ਼ ਮੋਟਰ ਜਾਂ ਸੀਰੀਜ਼ ਜਨਰੇਟਰ ਕਹਿੰਦੇ ਹਾਂ। ਲੇਕਿਨ ਜਿਹੜੀ ਫੀਲਡ ਵਾਇੰਡਿੰਗ ਹੈ ਉਹਦਾ ਜਿਹੜਾ ਤਾਰ ਦਾ ਜਿਹੜਾ ਡਾਇਆ ਹੈਗਾ, ਜਿਹੜੀ ਵਾਇਰ ਹੈ ਉਹ ਮੋਟੇ ਸਾਈਜ਼ ਦੀ ਔਰ ਨੰਬਰ ਆਫ ਟਰਨ ਘੱਟ ਰੱਖੇ ਜਾਂਦੇ ਆ ਇਸ ਤਰ੍ਹਾਂ ਦੀ ਮਸ਼ੀਨ ਦੇ ਵਿੱਚ। ਸੋ ਇਸ ਤਰ੍ਹਾਂ ਇੱਕ ਸੀਰੀਜ਼ ਮੋਟਰ ਜਾਂ ਜਨਰੇਟਰ ਦੀ ਜਿਹੜੀ ਫੀਲਡ ਵਾਇੰਡਿੰਗ ਹੈ ਉਸਦੀ ਰਜਿਸਟੈਂਸ ਲੋ ਹੁੰਦੀ ਹੈ ਕਿਉਂਕਿ ਜਿਹੜੇ ਵਾਇਰ ਦਾ ਸਾਈਜ਼ ਹੈ ਡਾਇਆ ਹੈਗਾ ਉਹ ਮੋਟੀ ਤਾਰ ਅਤੇ ਘੱਟ ਟਰਨਾਂ ਹੈਗੀਆਂ, ਇਸ ਕਰਕੇ ਰਜਿਸਟੈਂਸ ਇਸਦੀ ਘੱਟ ਹੁੰਦੀ ਹੈ ਸ਼ੰਟ ਮੋਟਰ ਜਾਂ ਜਨਰੇਟਰ ਦੀ ਫੀਲਡ ਵਾਇੰਡਿੰਗ ਦੇ ਮੁਕਾਬਲੇ। ਸੋ ਇਸ ਤਰ੍ਹਾਂ ਅਸੀਂ ਸੀਰੀਜ਼ ਵਾਇੰਡਿੰਗ ਦੀ ਜਿਹੜੀ ਪਹਿਚਾਣ ਕਰਦੇ ਹਾਂ। ਇਸੇ ਤਰ੍ਹਾਂ ਸਾਡੇ ਕੋਲ ਜੇ ਕੰਪਾਊਂਡ ਮੋਟਰ ਜਾਂ ਜਨਰੇਟਰ ਹੈ, ਕੰਪਾਊਂਡ ਮੋਟਰ ਜਾਂ ਜਨਰੇਟਰ ਹੈ, ਤਾਂ ਉਸਦੇ ਸਾਡੇ ਕੋਲ 6 ਟਰਮੀਨਲ ਆ ਜਾਂਦੇ ਆ। ਜਿਹੜੇ ਟਰਮੀਨਲ ਹੈ ਉਹ 6 ਆ ਜਾਂਦੇ ਆ, 2 ਆਰਮੇਚਰ ਦੇ, 2 ਸੀਰੀਜ਼ ਦੇ ਔਰ 2 ਸ਼ੰਟ ਦੇ। ਤਾਂ ਇੱਥੇ ਜਿਹੜੇ ਵਾਇੰਡਿੰਗ ਹੈਗੀ ਆ, ਜਿਹੜੇ 2 ਪੋਲ ਹੈਗੇ ਆ, ਇੱਕ ਸਾਈਡ ਜਿਹੜਾ ਨੌਰਥ ਹੋਏਗਾ, ਦੂਸਰੀ ਸਾਈਡ ਸਾਊਥ ਹੋਏਗਾ। ਤਾਂ ਇੱਥੇ ਜਿਹੜੀ ਪਹਿਲਾਂ ਵਾਇੰਡਿੰਗ ਹੈਗੀ ਹੈ, ਇਸ ਤੋਂ ਪਹਿਲਾਂ ਜਿਹੜੀ ਵਾਇੰਡਿੰਗ ਹੈ ਉਹ ਸ਼ੰਟ ਵਾਇੰਡਿੰਗ ਕੀਤੀ ਜਾਂਦੀ ਹੈ, ਜਿਹੜੀ ਬਰੀਕ ਤਾਰ 'ਤੇ ਜ਼ਿਆਦਾ ਟਰਨ ਆਉਂਦੀ ਹੈ, ਔਰ ਉਸਨੂੰ ਇੰਸੂਲੇਟ ਕਰਕੇ ਉਸੇ ਦੇ ਉੱਪਰ ਹੀ ਜਿਹੜੀ ਆ ਸੀਰੀਜ਼ ਵਾਇੰਡਿੰਗ ਕੀਤੀ ਜਾਂਦੀ ਹੈ। ਸੋ ਇਹ ਸੈਪਰੇਟ ਨੇ ਦੋਨੋਂ, ਇਸੇ ਤਰ੍ਹਾਂ ਹੀ ਕ੍ਰੋਸ ਦੇ ਵਿੱਚ ਸ਼ੰਟ ਵਾਇੰਡਿੰਗ ਨੂੰ ਵੀ ਕੀਤਾ ਜਾਂਦਾ ਔਰ ਸੀਰੀਜ਼ ਨੂੰ ਵੀ ਕੀਤਾ ਜਾਂਦਾ, ਤਾਂ ਕਿ ਜਿਹੜੇ ਆਹਮੋ ਸਾਹਮਣੇ ਪੋਲ ਹੈ ਉਹ ਓਪੋਜਿਟ ਪੋਲੈਰਿਟੀ ਦੇ ਬਰਨ। ਜਿਸ ਸਾਈਡ ਜਿਹੜਾ ਕਰੰਟ ਹੈਗਾ ਉਹ ਕਲੋਕਵਾਈਜ਼ ਘੁੰਮੇਗਾ, ਜਿਸ ਤਰ੍ਹਾਂ ਕਲੋਕਵਾਈਜ਼ ਆ ਇਸ ਤਰ੍ਹਾਂ ਘੁੰਮੇਗਾ, ਉਹ ਜਿਵੇਂ ਆਹ ਕਿਨਾਰੇ ਨਜ਼ਰ ਆ ਰਹੇ ਆ ਇਸ ਦੇ, ਤਾਂ ਇਹ ਸਾਊਥ ਪੋਲ ਬਣਦਾ। ਔਰ ਜਿਹੜੇ ਦੇ ਵਿੱਚ ਐਂਟੀ ਕਲੋਕਵਾਈਜ਼ ਘੁੰਮਦਾ, ਜਿਸ ਤਰ੍ਹਾਂ ਇਹਦੇ ਕੋਰਨਰ ਇਸ ਤਰ੍ਹਾਂ ਨਿਕਲ ਰਹੇ ਆ ਐਂਟੀ ਕਲੋਕਵਾਈਜ਼, ਉੱਥੇ ਨੌਰਥ ਪੋਲ ਬਣਦਾ। ਇਸ ਕਰਕੇ ਇਹਨਾਂ ਨੂੰ ਕ੍ਰੋਸ ਦੇ ਵਿੱਚ ਕਨੈਕਸ਼ਨ ਕੀਤੇ ਜਾਂਦੇ ਆ। ਅਤੇ ਜਿਹੜੇ ਸ਼ੰਟ ਵਾਇੰਡਿੰਗ ਦੇ 2 ਟਰਮੀਨਲ ਨਿਕਲਣਗੇ ਉਹ ਸਾਡੇ ਕੋਲ ਇੱਥੇ ਸ਼ੰਟ ਦੇ ਵਾਇੰਡਿੰਗ ਦੇ ਆ ਜਾਣਗੇ। ਸੋ ਇਸ ਤਰ੍ਹਾਂ ਦੀ ਮੋਟਰ ਦੇ 6 ਟਰਮੀਨਲ ਆ ਜਾਂਦੇ ਆ, ਜਿਹਦੇ ਉੱਪਰ ਜੈੱਡ ਡਬਲ ਜੈੱਡ ਜਾਂ SH1 SH2 ਔਰ F1 F ਔਰ ਡਬਲ F ਲਿਖਿਆ ਹੁੰਦਾ। ਸੋ ਇਸ ਤਰ੍ਹਾਂ ਅਸੀਂ ਜਿਹੜਾ ਅੰਦਰਲੀ ਸਾਈਡ ਜਿਹੜੀ ਦਿਖਾਈ ਗਈ ਹੈ ਕਿ ਵਾਇੰਡਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ ਇੱਕ DC ਜਨਰੇਟਰ ਜਾਂ ਮੋਟਰ ਦੇ ਅੰਦਰ। ਸੋ ਅਸੀਂ ਇੱਕ DC ਕੰਪਾਊਂਡ ਜਿਹੜੀ ਮਸ਼ੀਨ ਹੈਗੀ ਹੈ, ਇਸ ਨੂੰ ਇੱਕ ਟ੍ਰੇਨਰ ਨਾਲ ਜੁੜਿਆ ਹੋਇਆ ਔਰ ਇਹ ਜਨਰੇਟਰ ਔਰ ਮੋਟਰ ਦਾ ਦੋਨਾਂ ਦਾ ਕੰਮ ਕਰਦੀ ਹੈ। ਇਸ ਦੇ ਉੱਪਰ ਪਹਿਲੇ ਟਰਮੀਨਲ ਫਾਇੰਡ ਆਊਟ ਕਰਦੇ ਹਾਂ। ਇਸ ਦੇ ਵਿੱਚ ਪਹਿਲਾਂ ਅਸੀਂ ਪੇਅਰ ਲੱਭਾਂਗੇ, ਵੈਸੇ ਇਸ ਦੇ ਉੱਪਰ ਕਲਰ ਨਵੀਂ ਮਸ਼ੀਨ ਹੈ, ਅਲੱਗ ਅਲੱਗ ਕਲਰ ਦਿੱਤੇ ਹੋਏ ਆ, ਰੈੱਡ, ਯੈਲੋ ਔਰ ਬਲੈਕ ਇੱਕ ਪੇਅਰ ਬਣਾਏ ਆ। ਪਰ ਫਿਰ ਵੀ ਅਸੀਂ ਇਸ ਨੂੰ ਪਹਿਲਾਂ ਫਾਇੰਡ ਆਊਟ ਕਰਾਂਗੇ ਕਿ ਇਹ ਪੇਅਰ ਬਿਲਕੁਲ ਸਹੀ ਹੈਗੇ ਆ, ਜੋੜੇ ਸਹੀ ਹੈ, ਕਈ ਵਾਰ ਵਾਇਰ ਅਲੱਗ ਤਾਂ ਨਹੀਂ ਕਨੈਕਟ ਹੋ ਗਈ। ਸੋ ਅਸੀਂ ਪਹਿਲਾਂ ਇਸ ਦੇ ਪੇਅਰ ਲੱਭਦੇ ਹਾਂ, ਜੋੜੇ ਲੱਭਦੇ ਹਾਂ ਸੀਰੀਜ਼ ਟੈਸਟਿੰਗ ਲੈਂਪ ਨਾਲ। ਇਸੇ ਤਰ੍ਹਾਂ ਇਹ ਵੀ ਸਹੀ ਹੈ ਔਰ ਜਿਹੜਾ ਇਹ ਲਾਸਟ ਹੈਗਾ ਬਲੈਕ ਦੇ ਉੱਪਰ, ਇਸ ਦੇ ਉੱਪਰ
ਲੈਂਪ ਨਹੀਂ ਸਾਡਾ ਗਲੋ ਕਰ ਰਿਹਾ ਲੇਕਿਨ ਹਲਕਾ ਸਪਾਰਕ ਦੇ ਰਿਹਾ, ਤਾਂ ਇਹ ਵੀ ਇੱਕ ਪੇਅਰ ਹੈਗਾ। ਸੋ ਇਸ ਦੇ ਵਿੱਚ ਜਦੋਂ ਅਸੀਂ ਪਹਿਚਾਣ ਕਰਨੀ ਆ ਟਰਮੀਨਲ ਦੀ, ਜਿਸ ਤਰ੍ਹਾਂ ਅਸੀਂ ਪਹਿਲਾਂ ਪਾਰਟਸ ਆਫ ਡੀਸੀ ਮਸ਼ੀਨ ਦੇ ਵਿੱਚ ਪੜ੍ਹਿਆ ਸੀਗਾ ਕਿ ਜਿਹੜੀ ਸ਼ੰਟ ਵਾਇੰਡਿੰਗ ਹੈ, ਜਿਹੜੀ ਫੀਲਡ ਵਾਇੰਡਿੰਗ ਆ ਮੇਨ ਹੈਗੀ ਆ ਸ਼ੰਟ ਵਾਇੰਡਿੰਗ, ਉਸਦੀ ਰਜਿਸਟੈਂਸ ਹਾਈ ਹੁੰਦੀ ਹੈ ਕਿਉਂਕਿ ਉਸਨੇ ਪੈਰਲਲ ਵਿੱਚ ਕਨੈਕਟ ਹੋਣਾ ਆਰਮੇਚਰ ਦੇ, ਆਰਮੇਚਰ ਦੇ ਪੈਰਲਲ ਵਿੱਚ ਕਨੈਕਟ ਹੋਣ ਵਾਸਤੇ ਇਸ ਨੂੰ ਹਾਈ ਰਜਿਸਟੈਂਸ ਦੇ ਤੌਰ ਤੇ ਰੱਖਿਆ ਜਾਂਦਾ, ਜਿਸ ਦੀ ਕਿ ਜਿਹੜੀ ਵਾਇਰ ਜਿਹੜੀਆਂ ਨੰਬਰ ਆਫ ਟਰਨ ਜ਼ਿਆਦਾ ਔਰ ਜਿਹੜਾ ਵਾਇਰ ਦਾ ਡਾਇਆ ਉਹ ਪਤਲਾ ਰੱਖਿਆ ਜਾਂਦਾ ਤਾਂ ਕਿ ਰਜਿਸਟੈਂਸ ਵੱਧ ਮਿਲੇ। ਸੋ ਇੱਥੇ ਅਸੀਂ ਜਦੋਂ ਚੈੱਕ ਕਰ ਰਹੇ ਆ ਇੱਕ ਹਲਕਾ ਜਿਹਾ ਸਪਾਰਕ ਦੇ ਰਿਹਾ, ਹਲਕਾ ਸਪਾਰਕ ਇਸ ਕਰਕੇ ਦੇ ਰਿਹਾ ਕਿਉਂਕਿ ਇਹ ਜਿਹੜੀ ਰਜਿਸਟੈਂਸ ਹਾਈ ਹੈਗੀ ਆ ਇੱਥੇ ਕੰਟੀਨਿਊਟੀ ਦੇ ਰਿਹਾ ਲੇਕਿਨ ਹਲਕਾ ਸਪਾਰਕ ਦੇ ਰਿਹਾ, ਇਹ ਇੱਕ ਹਾਈ ਰਜਿਸਟੈਂਸ ਦੀ ਨਿਸ਼ਾਨੀ ਹੈ। ਸੋ ਉਸ ਤੋਂ ਨੈਕਸਟ ਜਿਹੜਾ ਪੇਅਰ ਹੈਗਾ ਉਸਦੇ ਉੱਪਰ ਵੀ ਸਾਨੂੰ ਜਿਹੜੀ ਆ ਲੈਂਪ ਜਿਹੜਾ ਉਹ ਫੁੱਲ ਚੱਲ ਰਿਹਾ, ਸੋ ਇਸਦੀ ਰਜਿਸਟੈਂਸ ਘੱਟ ਹੋਏਗੀ ਔਰ ਇਸ ਤੋਂ ਨੈਕਸਟ ਵੀ ਰਜਿਸਟੈਂਸ ਘੱਟ ਹੋਏਗੀ, ਇਸੇ ਕਰਕੇ ਲੈਂਪ ਜਿਹੜਾ ਫੁੱਲ ਚੱਲ ਰਿਹਾ। ਸੋ ਇੱਥੇ ਸਾਨੂੰ ਇਹ ਕਲੀਅਰ ਹੋ ਗਿਆ ਕਿ ਜਿਹੜੇ ਪੇਅਰ ਦੇ ਉੱਪਰ ਸਿਰਫ ਜਿਹੜੀ ਸਪਾਰਕ ਮਿਲ ਰਿਹਾ ਉਸਦੀ ਰਜਿਸਟੈਂਸ ਹਾਈ ਹੋਣ ਕਰਕੇ ਇਹ ਸ਼ੰਟ ਵਾਇੰਡਿੰਗ ਦੇ ਇਹ ਟਰਮੀਨਲ ਹੈਗੇ ਆ, ਔਰ ਜਿਨ੍ਹਾਂ ਦੇ ਉੱਪਰ ਲੈਂਪ ਗਲੋ ਚੱਲ ਰਿਹਾ ਜ਼ਿਆਦਾ ਹੈਗਾ ਫੁੱਲ ਚੱਲ ਰਿਹਾ ਉਹਨਾਂ ਦੇ ਵਿੱਚ ਰਜਿਸਟੈਂਸ ਜਿਹੜੀ ਘੱਟ ਹੈਗੀ ਆ। ਲੇਕਿਨ ਅਸੀਂ ਇਹਨਾਂ ਦੇ ਵਿੱਚੋਂ ਲੱਭਣਾ ਹੈਗਾ ਕਿ ਆਰਮੇਚਰ ਦੇ ਟਰਮੀਨਲ ਕਿਹੜੇ ਆ ਔਰ ਫੀਲਡ ਦੇ ਕਿਹੜੇ ਆ। ਸੋ ਇੱਥੇ ਅਸੀਂ ਪਹਿਚਾਣ ਕਰਨ ਦੇ ਲਈ ਇਹਦਾ ਜਿਹੜਾ ਬੈਕ ਕਵਰ ਆ, ਜਿਹੜੀ ਸਾਈਡ ਕਮੂਟੇਟਰ ਲੱਗਿਆ ਬ੍ਰਸ਼ ਲੱਗਿਆ ਉਸ ਨੂੰ ਲੂਜ਼ ਕੀਤਾ, ਇਸ ਨੂੰ ਅਸੀਂ ਹਟਾ ਲੈਂਦੇ ਹਾਂ ਔਰ ਅਸੀਂ ਇੱਥੇ ਕੀ ਕਰਨਾ, ਇੱਕ ਜਿਹੜੀ ਸਾਡੇ ਕੋਲ ਸੀਰੀਜ਼ ਲੈਂਪ ਦੀ ਲੀਡ ਹੈ ਉਹ ਕਾਰਬਨ ਬ੍ਰਸ਼ ਜਾਂ ਕਮੂਟੇਟਰ 'ਤੇ ਰੱਖਾਂਗੇ ਇਸ ਜਗ੍ਹਾ ਦੇ ਉੱਪਰ ਲਗਾ ਕੇ, ਕਿਉਂਕਿ ਇਹ ਆਰਮੇਚਰ ਦੇ ਟਰਮੀਨਲ ਸਾਨੂੰ ਇੱਥੋਂ ਹੀ ਪ੍ਰਾਪਤ ਹੁੰਦੇ ਆ। ਸੋ ਇੱਕ ਵਾਇਰ ਅਸੀਂ ਇਸ ਜਗ੍ਹਾ 'ਤੇ ਲਗਾ ਲਾਂਗੇ ਔਰ ਦੂਸਰੀ ਵਾਇਰ ਅਸੀਂ ਜਿਹੜੇ ਪੇਅਰ ਸੀਗੇ ਉਹਨਾਂ 'ਤੇ ਲਗਾਵਾਂਗੇ ਔਰ ਇਹ ਜਿਹੜਾ ਯੈਲੋ ਵਾਲਾ ਇੱਥੇ ਸਾਨੂੰ ਕੋਈ ਜਿਹੜਾ ਲੈਂਪ ਲਾਈਟ ਨਹੀਂ ਦੇ ਰਿਹਾ, ਇਸਦਾ ਮਤਲਬ ਇਹ ਵਾਲਾ ਜਿਹੜਾ ਵਾਇਰ ਹੈਗੀ ਆ ਇਹ ਇੱਥੇ ਨਹੀਂ ਕਨੈਕਟ ਹੋਈ। ਔਰ ਦੂਸਰਾ ਜਿਹੜਾ ਰੈੱਡ ਦੇ ਉੱਪਰ ਲਾਈਟ ਦੇ ਰਿਹਾ, ਇਟ ਮੀਨਸ ਜਿਹੜੇ ਰੈੱਡ ਵਾਲੇ ਹੈਗੇ ਆ ਇਹ ਆਰਮੇਚਰ ਦੇ ਟਰਮੀਨਲ ਹੈ। ਸੋ ਇਹ ਜਿਹੜੇ ਰਜਿਸਟੈਂਸ ਘੱਟ ਸੀਗੀ, ਲੈਂਪ ਫੁੱਲ ਚੱਲ ਰਿਹਾ ਸੀ ਔਰ ਅਸੀਂ ਕਮੂਟੇਟਰ ਦੇ ਉੱਪਰ ਕਾਰਬਨ ਬ੍ਰਸ਼ ਦੇ ਵਾਇਰ ਲਗਾ ਕੇ ਚੈੱਕ ਕਰ ਸਕਦੇ ਹਾਂ ਕਿ ਇਹ ਆਰਮੇਚਰ ਦੇ ਆ ਔਰ ਜਿੱਥੇ ਨਹੀਂ ਚੱਲ ਰਿਹਾ ਉਹ ਵਾਲੇ ਲੈਂਪ ਜਿਹੜੀ ਜ਼ਿਆਦਾ ਲਾਈਟ ਵਾਲੇ ਆ ਇਹ ਸੀਰੀਜ਼ ਵਾਇੰਡਿੰਗ ਦੇ ਆ। ਔਰ ਤੀਸਰਾ ਜਿੱਥੇ ਸਾਨੂੰ ਲਾਈਟ ਜਿਹੜੀ ਹੈਗੀ ਆ ਬਿਲਕੁਲ ਸਪਾਰਕ ਮਿਲ ਰਿਹਾ ਉਹ ਸਾਡਾ ਸ਼ੰਟ ਵਾਇੰਡਿੰਗ ਦਾ ਟਰਮੀਨਲ ਹੈਗੀ ਆ। ਸੋ ਇਸ ਤਰ੍ਹਾਂ ਅਸੀਂ ਇੱਕ ਡੀਸੀ ਕੰਪਾਊਂਡ ਮਸ਼ੀਨ, ਚਾਹੇ ਉਹ ਜਨਰੇਟਰ ਜਾਂ ਮੋਟਰ ਹੈ, ਉਸਦੇ ਟਰਮੀਨਲ ਫਾਈਂਡ ਆਊਟ ਕਰਦੇ ਹਾਂ। ਇਸੇ ਦੇ ਵਿੱਚ ਹੀ ਕਵਰ ਹੋ ਗਿਆ ਇੱਕ ਸੀਰੀਜ਼ ਜਨਰੇਟਰ ਦਾ ਜਾਂ ਮੋਟਰ ਦਾ ਜਾਂ ਆਰਮੇਚਰ ਔਰ ਜੇ ਸ਼ੰਟ ਵਾਇੰਡਿੰਗ ਹੈ ਤਾਂ ਉਹ ਸ਼ੰਟ ਜਨਰੇਟਰ ਜਾਂ ਸ਼ੰਟ ਮੋਟਰ ਦਾ। ਸੋ ਇੱਥੇ ਜਿਹੜੇ 6 ਟਰਮੀਨਲ ਹੈ ਉਹਨਾਂ ਦੀ ਪਹਿਚਾਣ ਦੇ ਤੌਰ 'ਤੇ ਇਹ ਕੰਪਾਊਂਡ ਮੋਟਰ ਜਾਂ ਕੰਪਾਊਂਡ ਜਨਰੇਟਰ ਹੈਗਾ। ਅਗਰ 4 ਟਰਮੀਨਲ ਹੋਣ ਜਿਨ੍ਹਾਂ ਦੇ ਵਿੱਚ 2 ਆਰਮੇਚਰ ਦੇ ਹਰ ਇੱਕ ਜਨਰੇਟਰ ਦੇ ਵਿੱਚ ਹੋਣਗੇ, ਜਿਹੜੇ 2 ਟਰਮੀਨਲ ਆਰਮੇਚਰ ਦੇ ਉਹ ਚਾਹੇ ਉਹ ਸ਼ੰਟ ਹੈ, ਸੀਰੀਜ਼ ਹੈ, ਕੰਪਾਊਂਡ ਹੈ, ਇਹ ਕਾਮਨ ਹੈ ਕਿਉਂਕਿ ਇਹ ਰੋਟੇਟਿੰਗ ਪਾਰਟ ਹੈ, ਇਸੇ ਦੇ ਦੁਆਰਾ ਹੀ ਅਸੀਂ ਇੱਥੇ ਸਪਲਾਈ ਦਿੰਦੇ ਹਾਂ ਜਾਂ ਇਸ ਤੋਂ ਪ੍ਰਾਪਤ ਕਰਦੇ ਹਾਂ। ਔਰ ਜੇ ਸੀਰੀਜ਼ ਜਨਰੇਟਰ ਹੈ ਤਾਂ ਉਸਦੇ 4 ਟਰਮੀਨਲ ਹੋਣਗੇ, ਉਸਦੇ ਵਿੱਚ 2 ਆਰਮੇਚਰ, 2 ਸੀਰੀਜ਼ ਵਾਇੰਡਿੰਗ ਦੇ, ਸੀਰੀਜ਼ ਵਾਇੰਡਿੰਗ ਦੀ ਰਜਿਸਟੈਂਸ ਲੋ ਹੁੰਦੀ ਹੈ। ਇਸੇ ਤਰ੍ਹਾਂ ਜੇ ਉਹ ਸ਼ੰਟ ਜਨਰੇਟਰ ਜਾਂ ਸ਼ੰਟ ਮੋਟਰ ਹੈਗੀ ਆ ਉੱਥੇ 2 ਆਰਮੇਚਰ ਔਰ 2 ਜਿਹੜੇ ਹੋਣਗੇ ਸ਼ੰਟ ਵਾਇੰਡਿੰਗ ਦੇ ਹੋਣਗੇ ਜਿਸ ਦੀ ਰਜਿਸਟੈਂਸ ਹਾਈ ਹੋਵੇਗੀ। ਸੋ ਇਸ ਤਰ੍ਹਾਂ ਅਸੀਂ ਅਲੱਗ ਅਲੱਗ ਜਨਰੇਟਰ ਜਾਂ ਮੋਟਰ ਦੇ ਟਰਮੀਨਲ ਦੀ ਪਹਿਚਾਣ ਕਰਦੇ ਹਾਂ ਲੈਂਪ ਦੇ ਦੁਆਰਾ। ਸੋ ਨੈਕਸਟ ਅਸੀਂ ਮਲਟੀਮੀਟਰ ਦੇ ਦੁਆਰਾ ਵੀ ਇਸ ਦੀ ਰਜਿਸਟੈਂਸ ਚੈੱਕ ਕਰਾਂਗੇ ਕਿ ਜਿਵੇਂ ਅਸੀਂ ਕਿਹਾ ਕਿ ਸ਼ੰਟ ਵਾਇੰਡਿੰਗ ਦੀ ਰਜਿਸਟੈਂਸ ਜ਼ਿਆਦਾ ਹੈਗੀ ਆ ਔਰ ਸੀਰੀਜ਼ ਦੀ ਘੱਟ ਆ, ਉਹ ਵੀ ਅਸੀਂ ਮਲਟੀਮੀਟਰ ਦੀ ਹੈਲਪ ਨਾਲ ਚੈੱਕ ਕਰਦੇ ਹਾਂ। ਇਹਦੇ ਨਾਲ ਜਿਹੜੇ ਇਸਦੇ ਟਰਮੀਨਲ ਦੀ ਪਹਿਚਾਣ ਕਰਾਂਗੇ, ਜਿਵੇਂ ਪਹਿਲਾਂ ਦੱਸਿਆ ਸੀ ਕਿ ਸ਼ੰਟ ਵਾਇੰਡਿੰਗ ਦੀ ਰਜਿਸਟੈਂਸ ਹਾਈ ਹੁੰਦੀ ਆ ਐਜ਼ ਕੰਪੇਅਰ ਟੂ ਸੀਰੀਜ਼ ਔਰ ਆਰਮੇਚਰ ਦੀ। ਸੋ ਇੱਥੇ ਜਿਸ ਪੇਅਰ ਦੇ ਉੱਪਰ ਸਭ ਤੋਂ ਜ਼ਿਆਦਾ ਰਜਿਸਟੈਂਸ ਮਿਲੇਗੀ ਉਹ ਸ਼ੰਟ ਵਾਇੰਡਿੰਗ ਦੀ ਹੋਏਗੀ।
ਸੋ ਇੱਥੇ ਚੈੱਕ ਕਰਦੇ ਹਾਂ, ਅਸੀਂ ਪੇਅਰ ਪਹਿਲਾਂ ਲੱਭ ਚੁੱਕੇ ਹਾਂ, ਜਿਸ ਤਰ੍ਹਾਂ ਸੀਰੀਜ਼ ਲੈਂਪ ਨਾਲ ਚੈੱਕ ਕੀਤਾ ਸੀ ਕਿ ਜਿਹੜੇ ਰੈੱਡ ਕਲਰ ਵਾਲੇ ਸੀ ਉਹ ਆਰਮੇਚਰ ਦੇ, ਯੈਲੋ ਵਾਲੇ ਸੀਰੀਜ਼, ਔਰ ਬਲੈਕ ਵਾਲੇ ਜਿਹੜੇ ਸੀਗੇ ਸ਼ੰਟ ਦੇ ਸੀ, ਇਹਨਾਂ ਦੀ ਰਜਿਸਟੈਂਸ ਫਾਇੰਡ ਆਊਟ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਬਲੈਕ ਜਿਹੜਾ ਟਰਮੀਨਲ ਹੈ ਉਸਦੇ ਉੱਪਰ ਰਜਿਸਟੈਂਸ ਚੈੱਕ ਕਰਦੇ ਹਾਂ, ਸਾਨੂੰ ਕੋਈ ਰੀਡਿੰਗ ਨਹੀਂ ਮਿਲ ਰਹੀ ਕਿਉਂਕਿ ਰਜਿਸਟੈਂਸ ਹਾਈ ਹੈ, ਔਰ ਅਸੀਂ ਜਿਹੜਾ ਸਿਲੈਕਟ ਕੀਤਾ 200 ohm ਤੇ ਕੀਤਾ, ਸੋ 2K ਦੇ ਉੱਪਰ ਅੱਗੇ ਵਧਾ ਦਿੰਦੇ ਹਾਂ। ਫਿਰ ਚੈੱਕ ਕਰਦੇ ਹਾਂ, ਇੱਥੇ ਸਾਡੇ ਕੋਲ 0.231 ਯਾਨੀ ਕਿ 0.231 ਜਿਹੜੀ ਕਿ ਉਹਮ ਰਜਿਸਟੈਂਸ ਹੈਗੀ। ਅਗਰ ਅਸੀਂ ਪੁਆਇੰਟ ਹਟਾਵਾਂਗੇ ਔਰ ਇੱਥੇ ਕਿਲੋ ਹਟ ਜਾਏਗਾ ਡਿਵਾਈਡ ਕਰਾਂਗੇ ਤਾਂ ਸਾਡੇ ਕੋਲ ਰੀਡਿੰਗ ਜਿਹੜੀ ਆ ਉਹ 231 ohm ਆਏਗੀ, ਜਿਹੜੀ ਸ਼ੰਟ ਵਾਇੰਡਿੰਗ ਦੀ ਰਜਿਸਟੈਂਸ ਹੈ 231 ohm ਆਏਗੀ। ਸੋ ਇਸ ਤੋਂ ਨੈਕਸਟ ਜਿਹੜੀ ਹੈਗੀ ਆ ਰੇਂਜ ਅਸੀਂ ਘਟਾ ਲੈਂਦੇ ਹਾਂ ਕਿਉਂਕਿ ਇਹਨਾਂ ਦੀ ਰਜਿਸਟੈਂਸ ਘੱਟ ਹੈ ਆਰਮੇਚਰ ਔਰ ਸੀਰੀਜ਼ ਦੀ। ਇੱਥੇ ਸਾਨੂੰ ਜਿਹੜੀ ਰੀਡਿੰਗ ਮਿਲ ਰਹੀ ਹੈ 7.2 ohm ਯਾਨੀ ਕਿ 7.2 ohm ਰਜਿਸਟੈਂਸ ਆ ਰਹੀ ਹੈ, ਇੱਥੇ ਸਾਈਨ ਆ ਰਿਹਾ ਨਾਲ ohm ਦਾ। ਸੋ ਆਰਮੇਚਰ ਦੀ ਜਿਹੜੀ ਰਜਿਸਟੈਂਸ ਹੈ ਉਹ 40 ਦੇ ਕਰੀਬ ਹੈਗੀ ਆ, 40 ਵੇਰੀ ਕਰ ਰਹੀ ਹੈ, ohm ਹੈ, ਸਿੰਪਲ ohm ਦੇ ਵਿੱਚ। ਔਰ ਇਸ ਤਰ੍ਹਾਂ ਅਸੀਂ ਇਸ ਨੂੰ ਜੇ ਕਲੀਅਰ ਕਰਨਾ ਹੋਵੇ ਕਿ ਆਰਮੇਚਰ ਹੀ ਹੈ ਤਾਂ ਅਸੀਂ ਇੱਧਰਲੀ ਸਾਈਡ ਕਾਰਬਨ ਬ੍ਰਸ਼ ਦੇ ਉੱਪਰ ਵੀ ਲਗਾ ਸਕਦੇ ਹਾਂ, ਇਹ ਸੀਰੀਜ਼ 'ਤੇ ਨਹੀਂ ਦੱਸੇਗਾ ਕਿਉਂਕਿ ਸੀਰੀਜ਼ ਵਾਇੰਡਿੰਗ, ਸ਼ੰਟ ਵਾਇੰਡਿੰਗ, ਆਰਮੇਚਰ ਵਾਇੰਡਿੰਗ ਤਿੰਨੋਂ ਸੈਪਰੇਟ ਆ ਇੱਕ ਦੂਸਰੇ ਨਾਲ, ਬਿਲਕੁਲ ਕੋਈ ਇਹਨਾਂ ਦਾ ਇਲੈਕਟ੍ਰੀਕਲੀ ਕੋਈ ਲਿੰਕ ਨਹੀਂ ਹੈਗਾ, ਇਹਨਾਂ ਦੇ ਕਨੈਕਸ਼ਨ ਅਸੀਂ ਬਾਹਰੋਂ ਕਰਦੇ ਹਾਂ। ਸੋ ਇੱਥੇ ਨਾ ਸ਼ੰਟ 'ਤੇ ਸਾਨੂੰ ਰੀਡਿੰਗ ਮਿਲੇਗੀ, ਜਿਸ ਜਗ੍ਹਾ 'ਤੇ ਅਸੀਂ ਕਾਰਬਨ ਲਗਾਇਆ, ਕਾਰਬਨ ਬ੍ਰਸ਼ 'ਤੇ ਲੀਡ ਲਗਾਈ ਹੈ, ਜਿਸ ਪੇਅਰ 'ਤੇ ਦੱਸੇਗਾ ਉਹ ਆਰਮੇਚਰ ਦੇ ਟਰਮੀਨਲ ਹੋਣਗੇ। ਸੋ ਅਸੀਂ ਇੱਥੇ ਨਾਲ ਨਾਲ ਟਰਮੀਨਲ ਦੀ ਪਹਿਚਾਣ ਵੀ ਕੀਤੀ ਹੈ ਔਰ ਦੂਸਰਾ ਰਜਿਸਟੈਂਸ ਵੀ ਮੇਜ਼ਰ ਕੀਤੀ ਹੈ ਇਸ ਮਸ਼ੀਨ ਦੀ। ਇਸ ਦੇ ਵਿੱਚ ਜਿਹੜੀ 32-33 ਜਿਹੜੀ ohm ਆ ਰਹੀ ਹੈ ਉਹ ਆਰਮੇਚਰ ਦੀ ਆ ਰਹੀ ਹੈ ਔਰ ਜਿਹੜੀ ਸੀਰੀਜ਼ ਵਾਇੰਡਿੰਗ ਹੈ ਉਸਦੀ 7.2, ਔਰ ਜਦੋਂ ਕਿ ਸ਼ੰਟ ਵਾਇੰਡਿੰਗ ਹੈ ਉਸਦੀ ਰੀਡਿੰਗ 2.31K। ਜੇ ਅਸੀਂ ohm ਦੇ ਵਿੱਚ ਲਈਏ 231 ohm ਜਿਹੜੀ ਰਜਿਸਟੈਂਸ ਉਹ ਸ਼ੰਟ ਵਾਇੰਡਿੰਗ ਦੀ ਆ ਰਹੀ ਹੈ ਇਸ ਮਸ਼ੀਨ ਦੀ। ਸੋ ਅਲੱਗ ਅਲੱਗ ਮਸ਼ੀਨ ਦੀ ਜਿਹੜੀ ਰਜਿਸਟੈਂਸ ਹੈ ਉਹ ਅਲੱਗ ਅਲੱਗ ਹੋਏਗੀ, ਲੇਕਿਨ ਫਰਕ ਜਿਹੜਾ ਹੋਏਗਾ ਉਹ ਇਸੇ ਤਰ੍ਹਾਂ ਹੋਏਗਾ। ਸਭ ਤੋਂ ਜ਼ਿਆਦਾ ਜਿਹੜੀ ਰਜਿਸਟੈਂਸ ਹੈ ਉਹ ਸ਼ੰਟ ਵਾਇੰਡਿੰਗ ਦੀ ਹੋਏਗੀ ਔਰ ਆਰਮੇਚਰ ਔਰ ਸੀਰੀਜ਼ ਦੀ ਵੇਰੀ ਕਰਦੀ ਰਹਿੰਦੀ ਹੈ, ਕੁਛ ਮਸ਼ੀਨ ਦੇ ਵਿੱਚ ਸੀਰੀਜ਼ ਦੀ ਜ਼ਿਆਦਾ ਔਰ ਕੁਛ ਮਸ਼ੀਨ ਦੇ ਵਿੱਚ ਆਰਮੇਚਰ ਦੀ ਜ਼ਿਆਦਾ, ਲੇਕਿਨ ਸ਼ੰਟ ਦੇ ਮੁਕਾਬਲੇ ਦੋਨਾਂ ਦੀ ਘੱਟ ਹੋਏਗੀ। ਸੋ ਇਹਨਾਂ ਦੋਵਾਂ ਦੀ ਪਹਿਚਾਣ ਕਰਨ ਦੇ ਲਈ ਅਸੀਂ ਇੱਕ ਲੀਡ ਨੂੰ ਕਾਰਬਨ ਬ੍ਰਸ਼ 'ਤੇ ਲਗਾ ਦਿੰਦੇ ਹਾਂ, ਦੂਸਰੀ ਜਿਹੜੇ ਪੇਅਰ 'ਤੇ ਦੱਸੇਗੀ ਉਹ ਆਰਮੇਚਰ ਦੇ ਹੋਏਗੀ। ਸੋ ਅਸੀਂ ਇਸ ਤਰ੍ਹਾਂ ਜਿਹੜੇ ਹੈਗੇ ਆ ਸ਼ੰਟ ਵਾਇੰਡਿੰਗ, ਸੀਰੀਜ਼ ਵਾਇੰਡਿੰਗ ਔਰ ਆਰਮੇਚਰ ਵਾਇੰਡਿੰਗ ਦੀ ਪਹਿਚਾਣ ਕਰਦੇ ਇੱਕ DC ਮਸ਼ੀਨ।